ਇੱਥੋਂ ਦੀ ਭਾਈਵਾਨ ਨੂੰ ਥੱਲੇ ਚਲੋ ਧੋਲੋ, ਇੱਥੋਂ ਨਿਕਲੋ, ਤੁਹਾਡੀ ਕੋਈ ਵੈਲਿਊ ਔਕਾਤ ਨਹੀਂ ਹੈ ਤੁਹਾਡੀ, ਨਿਕਲੋ ਇੱਥੋਂ, ਦਫਾ ਹੋ। ਉਹਨਾਂ ਦਾ ਆਪੇ ਦੇ ਵਿੱਚ ਇੰਡੀਪੈਂਡੈਂਸ ਨਹੀਂ, ਬਖਸ਼ਿਆ ਨੇ ਠੀਕ ਹੈ, ਮਰੀਮ ਨਵਾਜ਼ ਸਾਹਿਬਾਂ ਨੇ ਆਉਣਾ, ਤੁਸੀਂ ਅੰਬ ਲੈਣ ਆਏ ਹੋ ਘਰੋਂ, ਉਹ ਸਿੱਧਾ ਸਿੱਧਾ ਆਉਂਦੇ ਨੇ ਭਾਈ। ਮੈਂ ਤਾਂ ਕਿਹਾ, ਮੈਂ ਕਿਹਾ ਪੈਨ ਲੈ ਕੇ ਲਾ ਛੱਡਦੇ, ਉੱਥੇ ਪਾਸਾ ਨਾ ਆਏ, ਇੱਥੇ ਕੋਈ ਪਾਸਾ ਨਹੀਂ, ਬੰਦਾ ਨਾ ਆਵੇ। ਐਡੇ ਐਡੇ ਦੂਰੋਂ ਬੰਦੇ ਆਏ ਨੇ ਭਾਈ, ਗੁਜਰਾਂ ਵਾਲਿਓ ਨਹੀਂ ਯਾਰ, ਕਾਨੋ ਗੁਜਰਾਤੋਂ, ਸਿਰਫ ਵੇਖਣ ਵਾਸਤੇ 14 ਅਗਸਤ ਕੈਸੀ ਇੰਜੋਏ ਹੁੰਦੀ ਹੈ ਇੱਥੇ ਭਾਈ। ਡੰਡੇ ਮਾਰ ਮਾਰੋ, ਚੈੱਕ ਕਰੋ ਅੱਗੇ ਡੰਡੇ ਮਾਰਨ ਦੇ ਜੇ, ਠੀਕ, ਡੰਡੇ ਮਾਰ ਮਾਰ ਆਵਾਮ ਨੂੰ ਥੱਲੇ ਸੁੱਟਣ ਦੇ ਨੇ ਕਿ ਨਿਕਲ ਜਾਓ ਇੱਥੋਂ, ਤੁਹਾਡਾ ਕੋਈ ਕੰਮ ਹੈ ਵੇ ਇੰਡੀਪੈਂਡੈਂਸ ਦੇ, ਤੁਹਾਡਾ ਸਿੱਧੀ ਲੱਗਾਂ ਵਿੱਚ ਹੈ ਹੀ ਭਾਈ ਬੰਦ ਹੈ, ਇਹਨਾਂ ਕਿੱਦਾਂ ਗੁੱਸਾ ਆਉਂਦਾ ਪਿਆ। ਯਕੀਨ ਕਰੋ ਘਰੋਂ ਇੰਡੀਪੈਂਡੈਂਸ ਦੇ ਮਨਾਉਣ ਆਇਆ ਤੇ ਚੈੱਕ ਕਰੋ ਆਪਣਾ ਤੇ ਜਲਸਾ ਲਾ ਕੇ ਸਾਰਾ ਮੂਡ ਖਰਾਬ ਕਰ ਦਿੱਤਾ ਯਾਰ, ਸਾਰਾ ਵੀਕਐਂਡ ਜ਼ਾਇਆ ਕੀਤਾ ਭਾਈ। ਵੀਕਐਂਡ ਜ਼ਾਇਆ ਹੋਇਆ ਕਿ ਨਹੀਂ ਭਾਈ ਤੁਹਾਡਾ? ਦਿਆ ਤਾਂ ਇਹ ਗਰ ਲੈ ਗਿਆ ਆਪਣੇ ਮੂੰਹ ਵਿੱਚ, ਫਾਇਦਾ ਕੀ ਇਹਦਾ ਭਾਈ? ਹਰ ਬੰਦੇ ਦਾ ਦਿਲ ਟੁੱਟਿਆ, ਹਰ ਬੰਦਾ ਕਹਿ ਰਿਹਾ ਯਾਰ ਇੰਨਾ ਕੋ ਮਜ਼ਾ ਖਰਾਬ, ਕੀ ਇੱਕ ਖੁਸ਼ੀ ਦਾ ਦਿਨ ਸੀ ਉਹ ਵੀ ਨਹੀਂ ਇਹਨਾਂ ਗੁਜ਼ਾਰਨ ਦਿੱਤਾ ਹੈ। ਝੁੱਕ ਝੁੱਕ ਵਾਨ ਨੂੰ ਕਦੀ ਫੁੱਟਪਾਥਾਂ ਤੇ ਮਾਰਦੇ ਨੇ, ਕਦੀ ਆਉਂਦੇ ਨੇ ਫੁੱਲਾਂ ਤੋਂ ਥੱਲੇ ਜਾਓ, ਆ ਫਜ਼ੂਲ ਨਾਰੇ ਲੱਗਦੇ ਨੇ, ਨਿਕਲੋ ਇੱਥੋਂ ਬਸ, ਤੁਹਾਡਾ ਕੰਮ ਹੈ ਹੀ ਨਹੀਂ ਕੋਈ ਪਾਸਾ, ਤੁਹਾਡੇ ਸਿੱਧੇ ਲੱਗਾਂ ਦੇ ਵਿੱਚ ਹੈ ਗੇ ਭਾਈ। ਗੁੱਸਾ ਆਉਂਦਾ ਪਿਆ ਭਾਈ, ਕੀ ਕਰ ਸਕਦੇ ਆ, ਨਹੀਂ ਕਹਿਣਾ ਚਾਹੁੰਦਾ ਫਿਰ ਵੀ ਬੋਲਣ ਦਿਆਂ ਵਾ, ਦਲੀਲ ਕਰਦੇ ਪਏ ਨੇ ਯਾਰ, ਆਈ ਅਸੀਂ ਇਸ ਲੈਗਾ ਕੀ ਫਾਇਦਾ ਇੱਥੇ, ਹਲ ਕੀ ਇੱਥੇ ਫਾਇਦਾ, ਨਿਕਲੋ ਥੱਲੇ, ਨਿਕਲੋ ਬਸ, ਜਾਓ ਨਿਕਲੋ ਇੱਥੋਂ, ਹੋਰ ਕੋਈ ਕੰਮ ਨਹੀਂ ਹੈ ਤੁਹਾਡਾ ਇੱਥੇ, ਚੋਂ ਆ ਗਏ ਵੱਡੇ ਪਾਕਿਸਤਾਨੀਓ।